ਇਸ ਵੇਲੇ ਦੀ ਵੱਡੀ ਖਬਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੀ ਹੋਈ ਹੈ ਜੀ ਹਾਂ ਚੰਨੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਲਗਾਤਾਰ ਪਿਛਲੇ ਕਈ ਮਹੀਨੇ ਵਿਦੇਸ਼ ਦੇ ਵਿੱਚ ਘਟ ਕੇ ਆਉਣ ਤੋਂ ਬਾਅਦ ਸਾਬਕਾ ਸੀਐਮ ਚੰਨੀ ਦੀਆਂ ਪੰਜਾਬ ਦੇ ਵਿੱਚ ਆਉਂਦੀਆਂ ਸਾਰੀਆਂ ਹੀ ਮੁਸ਼ਕਲਾਂ ਜਿਹੜੀਆਂ ਨੇ ਲਗਾਤਾਰ ਵੱਧ ਚੁੱਕੀਆਂ ਦੱਸ ਦਈਏ ਕਿ ਹੁਣ ਵਿਜੀਲੈਂਸ ਦੀ ਰਡਾਰ ਦੇ ਉੱਤੇ ਸਾਬਕਾ ਸੀਐਮ ਚੰਨੀ ਅਜੀ ਹਾਂ ਇਸ ਤੋਂ ਪਹਿਲਾਂ ਲੁਕਆਊਟ ਸਰਕੂਲਰ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਤਾਂ ਜੋ ਵਿਦੇਸ਼ ਤੇ ਵਿੱਚ ਦੁਬਾਰਾ ਨਾ ਰੋਕ ਕਰ ਸਕੇ ਕਿਤੇ ਫਰਾਰ ਨਾ ਹੋ ਸਕੇ ਕਿਤੇ ਵੀ ਨਾ ਜਾ ਸਕੇ ਇਸ ਕਰਕੇ ਲੁਕਆਊਟ ਦਾ ਨੋਟਿਸ ਜਿਹੜਾ ਚਰਨਜੀਤ ਸਿੰਘ ਚੰਨੀ ਦੇ ਉੱਤੇ ਲਗਾਇਆ ਗਿਆ ਸੀ ਜਾਰੀ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਵਿਜੀਲੈਂਸ ਦੀ ਰਡਾਰ ਦੇ ਉੱਤੇ ਸਾਫ ਕਾ ਸੀਐਮ ਚਰਨਜੀਤ ਸਿੰਘ ਚੰਨੀ ਆ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਲਗਾਤਾਰ ਹੀ ਵਧਦੀਆਂ ਜਾ ਰਹੀਆਂ ਦੱਸ ਜੀਏ ਕਿ ਸਵਾਲ ਕੀਤੇ ਜਾਣਗੇ ਕਿ ਕਿਵੇਂ ਇੰਨੀ ਜਾਇਦਾਦ ਬਣੀ ਜਾਇਦਾਦ ਨੂੰ ਲੈ ਕੇ ਹੀ ਸਾਰੇ ਸਵਾਲ ਜਵਾਬ ਕੀਤੇ ਜਾ ਰਹੇ ਨੇ ਕਿ ਆਖਿਰਕਾਰ ਇਨਕਮ ਤਾਂ ਘੱਟ ਹੈ ਪਰ ਜਾਇਦਾਦ ਇੰਨੀ ਜ਼ਿਆਦਾ ਕਿਵੇਂ ਹੋ ਸਕਦੀ ਹੈ ਇਨਕਮ ਘੱਟ ਹੈ ਜਾਇਦਾਦ ਜੋ ਹੈ ਜ਼ਿਆਦਾ ਹੈਗੀ ਇਹ ਸਭ ਨੂੰ ਲੈ ਕੇ ਸਵਾਲ ਜਵਾਬ ਕੀਤੇ ਜਾ ਰਹੇ ਕਿ ਆਖਿਰਕਾਰ ਇੰਨੀ ਇਨਕਮ ਹੋਣ ਦਾ ਸੋਰਸ ਕੀ ਹੈ ਤੁਹਾਡੇ ਕੋਲ ਕਿਸ ਚੀਜ਼ ਦੇ ਨਾਲ ਤੁਹਾਡੇ ਕੋਲ ਇੰਨੀ ਇਨਕਮ ਹੈ ਸਵਾਲ ਜਵਾਬ ਬਹੁਤ ਸਾਰੇ ਕੀਤੇ ਜਾਣਗੇ ਕਿ ਪੈਸੇ ਆਏ ਕਿਵੇਂ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆ ਉਹ ਕਿਵੇਂ ਆਏ ਜ਼ਮੀਨ ਜਾਇਦਾਦ ਜੋ ਹੈ ਕਿਸ ਤਰੀਕੇ ਨਾਲ ਬਣੀ ਕਿ ਸੋਰਸ ਦੇ ਜਰੀਏ ਬਣੀ ਕਿਉਂਕਿ ਇਨਕਮ ਤਾਂ ਜੋ ਹੈ ਸਾਫ ਦਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਬਹੁਤ ਹੀ ਜ਼ਿਆਦਾ ਘਟਾ ਹੈ ਸਭ ਨੂੰ ਲੈ ਕੇ ਸਵਾਲ ਜਵਾਬ ਜਿਹੜੇ ਆ ਕੱਲ ਵਿਜੀਲੈਂਸ ਕੁਆਟਰ ਦੇ ਵਿੱਚ ਮੋਹਾਲੀ ਦੇ ਵਿੱਚ ਜੀहां ਮੋਹਾਲੀ ਕੱਲ ਸੱਦਿਆ ਗਿਆ ਸਾਫ ਦਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਮੋਹਾਲੀ ਸੱਦਿਆ ਗਿਆ ਵਿਜੀਲੈਂਸ ਦੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਵਾਲ ਜਵਾਬ ਕੀਤੇ ਜਾਣਗੇ ਜਵਾਬੀ ਕਾਰਵਾਈ ਵੀ ਕੀਤੀ ਜਾਏਗੀ ਤਸ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਮੁਸ਼ਕਲਾਂ ਨੇ ਲਗਾਤਾਰ ਬਾਤੀਆਂ ਚੱਲ ਰਹੀਆਂ ਵਿਜੀਲੈਂਸ ਹੈੱਡਕੁਆਰਟਰ ਦੇ ਵੱਲੋਂ ਮੋਹਾਲੀ ਦੇ ਵਿੱਚ ਕੱਲ ਸਵੇਰੇ ਪੁਚਗੇਟ ਵਾਸਤੇ ਬੁਲਾਇਆ ਗਿਆ ਤਾਂ ਲਗਾਤਾਰ ਉਹਨਾਂ ਦੇ ਮੁਸ਼ਕਲਾਂ ਹੋਣ ਬਾਤ ਰਹੀਆਂ ਨੇ ਇਸ ਤੋਂ ਪਹਿਲਾਂ ਲੁਕਆਊਟ ਸਰਕੂਲਰ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਤਾਂ ਜੋ ਕੀਤਾ ਵੀ ਜਿਹੜਾ ਹੈਗਾ ਨਾ ਜਾ ਸਕਣ ਭੱਜ ਨਾ ਸਕਣ ਵਿਦੇਸ਼ ਦਾ ਰੁੱਖ ਨਾ ਕਰ ਸਕਣ ਕਿਉਂਕਿ ਬਹੁਤ ਸਾਰੀਆਂ ਪੁਚਗੇਟ ਜਿਹੜੀਆਂ ਅਹਿਮ ਪੁਚਗੇਟ ਜਿਹੜੀ ਹੈ ਫਿਲਹਾਲ ਦੇ ਲਈ ਕੀਤੀ ਜਾ ਰਹੀ ਹੈ ਪਰ ਕੱਲ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਕੋਲੋਂ ਵਿਜੀਲੈਂਸ ਦੇ ਵੱਲੋਂ ਸਵਾਲ ਜਵਾਬ ਕੀਤੇ ਜਾਣਗੇ ਉਰਸ ਦੇ ذریعے ਤੁਹਾਡੇ ਕੋਲ ਇੰਨੀ ਇਨਕਮ ਹੈ ਚਾਹੇ ਦਾਤ ਬਹੁਤ ਜ਼ਿਆਦਾ ਹੈਗੀ ਪਰ ਤੁਹਾਡੇ ਕੋਲੇ ਇਨਕਮ ਬਹੁਤ ਜ਼ਿਆਦਾ ਘੱਟ ਹੈ ਕੀ ਕਾਰਨ ਹੈ ਕਿ ਇਸ ਤਰੀਕੇ ਨਾਲ ਤੁਹਾਡੇ ਕੋਲ ਇੰਨੀ ਜ਼ਿਆਦਾ ਜਾਇਦਾਦ ਹੈ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਤੁਹਾਡੇ ਕੋਲ ਹੈ ਇਹ ਸਭ ਨੂੰ ਲੈ ਕੇ ਸਵਾਲ ਜਵਾਬ ਜਿਹੜੇ ਲਗਾਤਾਰ ਕੀਤੇ ਜਾਣਗੇ ਤਾਂ ਇਸ ਤੋਂ ਪਹਿਲਾਂ ਲੁਕਆਊਟ ਸਰਕੂਲਰ ਦਾ ਨੋਟਿਸ ਜਾਰੀ ਕੀਤਾ ਗਿਆ ਹੁਣ ਕਾਰਵਾਈ ਹੋ ਰਹੀ ਹੈ ਵੱਡੀ ਕਾਰਵਾਈ ਕਰਦੇ ਆ ਸੀਐਮ ਜੋ ਸਾਡਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੇ ਕੋਲ ਪੁੱਛਗਿੱਛ ਕੀਤੀ ਜਾਏਗੀ ਮੋਹਾਲੀ ਦੇ ਵਿੱਚ ਕੱਲ ਨੂੰ ਉਹਨਾਂ ਦੇ ਕੋਲੋਂ 12 April ਵਾਲੇ ਦਿਨ ਉਹਨਾਂ ਦੇ ਕੋਲੋਂ ਪੁੱਛਗਿੱਛ ਹੋਏਗੀ ਖੈਰ ਇਸ ਪੁੱਛ ਦੇ ਦੌਰਾਨ ਕੀ ਕੀ ਐਮ ਖੁਲਾਸੇ ਹੁੰਦੇ ਆ ਇਸ ਦਾ ਤਾਂ ਹਰ ਕਿਸੇ ਨੂੰ ਹੀ ਇੰਤਜ਼ਾਰ ਹੈ ਹੋਰ ਵੀ ਪਲਪਲ ਦੇ ਬ੍ਰੇਟ ਲਗਾਤਾਰ ਤੁਹਾਡੇ ਨਾਲ ਸੰਜੇ ਕਰਦੇ ਰਵਾਂਗੇ ਜੁੜੋ ਨਿਰਪੱਖ ਪੋਸਟ ਦੇ